ਜਵਾਨ ਸਰਦਾਰ ਪੁੱਤ ਸ਼੍ਰੀ ਹੇਮਕੁੰਟ ਸਾਹਿਬ ਜਾਣ ਦੀ ਪਲੈਨਿੰਗ ਕਰਦੇ ਨੇ ਅਤੇ ਦੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਕਰੀਬ 6 ਕੁ ਨੌਜਵਾਨ ਮੱਥਾ ਟੇਕਣ ਦੇ ਲਈ ਘਰ ਤੋਂ ਨਿਕਲ ਜਾਂਦੇ ਨੇ। ਇਹ ਨੌਜਵਾਨ ਜਦੋਂ ਅੰਮ੍ਰਿਤਸਰ ਤੋਂ ਚੱਲ ਕੇ ਫਤਿਹਗੜ੍ਹ ਚੂੜੀਆਂ ਦਾ ਇਹਨਾਂ ਦਾ ਘਰ ਪਰਿਵਾਰ ਹੈ ਪਿੱਛੇ, ਉੱਥੋਂ ਨਿਕਲਦੇ ਹੋਏ ਇਹ ਜਦੋਂ ਰਸਤੇ ਦੇ ਵਿੱਚ ਪਹੁੰਚਦੇ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੋਲ, ਤਾਂ ਉੱਥੇ ਜਾ ਕੇ ਹੀ ਇਹਨਾਂ ਦੀ ਗੱਡੀ ਪੈਂਚਰ ਹੋ ਜਾਂਦੀ ਹੈ। ਗੱਡੀ ਦਾ ਪੈਂਚਰ ਵੀ ਠੀਕ ਹੋ ਗਿਆ ਅਤੇ ਮੁੜ ਜਦੋਂ ਇਸ ਦੇ ਵਿੱਚ ਸਵਾਰ ਨੌਜਵਾਨ ਗੱਡੀ ਦੇ ਵਿੱਚ ਬੈਠਣ ਲੱਗਦੇ ਨੇ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲੋਂ, ਜੋ ਕਿ ਅੰਮ੍ਰਿਤਸਰ ਪਾਸੋਂ ਹੀ ਆ ਰਹੀ ਸੀ, ਉਸ ਦੇ ਵੱਲੋਂ ਅਜਿਹੀ ਜ਼ਬਰਦਸਤ ਟੱਕਰ ਮਾਰੀ ਗਈ ਕਿ ਇਸ ਦੇ ਵਿੱਚ ਦੋ ਜਵਾਨ ਸਰਦਾਰ ਪੁੱਤਾਂ ਦੀ ਜਾਨ ਚਲੀ ਗਈ। ਇਹ ਦੁਖਦ ਘਟਨਾ ਵਾਪਰਨ ਤੋਂ ਬਾਅਦ ਪਰਿਵਾਰ ਨੂੰ ਯਕੀਨ ਨਹੀਂ ਹੋਇਆ ਕਿ ਕਿੰਝ ਚੰਗੇ ਭਲੇ ਉਹ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਘਰੋਂ ਤੁਰੇ ਸੀ ਅਤੇ ਸੜਕ ਦੇ ਉੱਪਰ ਕਿਸੇ ਹੋਰ ਗੱਡੀ ਦੇ ਵੱਲੋਂ ਉਹਨਾਂ ਨੂੰ ਇਸ ਤਰ੍ਹਾਂ ਕੁਚਲ ਕੇ ਖਤਮ ਕਰ ਦਿੱਤਾ ਗਿਆ। ਇੱਕ ਤੋਂ ਬਾਅਦ ਦੂਸਰੇ ਮੁੰਡੇ ਨੇ ਦਮ ਤੋੜ ਦਿੱਤਾ ਅਤੇ ਹਾਲਾਤ ਇਹੋ ਜਿਹੇ ਬਣ ਗਏ ਕਿ ਜਿਨ੍ਹਾਂ ਮੁੰਡਿਆਂ ਨੇ ਆਪਣੀ ਅੱਖੀਂ ਇਹ ਸਭ ਕੁਝ ਦੇਖਿਆ ਸੀ ਉਹਨਾਂ ਨੂੰ ਯਕੀਨ ਨਹੀਂ ਹੋਇਆ ਕਿ ਮਿੰਟਾਂ ਦੇ ਵਿੱਚ ਜਿਹੜੇ ਨਾਲ ਦੀ ਸੀਟ 'ਤੇ ਬੈਠੇ ਮੁੰਡੇ ਸੀ, ਹੱਸ ਖੇਡ ਰਹੇ ਸੀ ਸਾਡੇ ਨਾਲ, ਉਹ ਦੁਨੀਆ ਛੱਡ ਗਏ। ਉਹ ਵੀ ਸਦਮੇ ਦੇ ਵਿੱਚ ਨੇ ਇਹ ਸਾਰੀ ਘਟਨਾ ਵਾਪਰਨ ਤੋਂ ਬਾਅਦ, ਪਰ ਇਹ ਜ਼ਰੂਰ ਪਤਾ ਲੱਗਿਆ ਕਿ ਜਿਸ ਗੱਡੀ ਦੇ ਵੱਲੋਂ ਇਹਨਾਂ ਮੁੰਡਿਆਂ ਨੂੰ ਟੱਕਰ ਮਾਰੀ ਗਈ ਹੈ ਉਸ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗੱਡੀ ਦਾ ਚਾਲਕ ਖੁਦ ਸ਼ਰਾਬੀ ਹਾਲਤ ਦੇ ਵਿੱਚ ਸੀ, ਉਸਨੇ ਪੀਤੀ ਹੋਈ ਸੀ ਅਤੇ ਉਸੇ ਨਸ਼ੇ ਦੇ ਵਿੱਚ ਉਸਨੇ ਦੋ ਪਰਿਵਾਰਾਂ ਨੂੰ ਉਜਾੜ ਦਿੱਤਾ। ਇਹਨਾਂ ਉਜੜੇ ਹੋਏ ਪਰਿਵਾਰਾਂ ਦੀ ਦੁਖਦ ਭਰੀ ਦਾਸਤਾਂ ਸ਼ਬਦਾਂ ਦੇ ਵਿੱਚ ਤਾਂ ਬਿਆਨ ਨਹੀਂ ਕੀਤੀ ਜਾ ਸਕਦੀ, ਪਰ ਇਹਨਾਂ ਦੇ ਮਾਂ ਪਿਓ ਇਸ ਸਮੇਂ ਸੁੰਨ ਹੋਏ ਬੈਠੇ ਨੇ, ਉਹਨਾਂ ਦੇ ਕੋਲ ਕੋਈ ਸ਼ਬਦ ਨਹੀਂ ਆ ਬੋਲਣ ਨੂੰ। ਕੁਝ ਰਿਸ਼ਤੇਦਾਰ ਜ਼ਰੂਰ ਕੈਮਰੇ ਦੇ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਸਾਰਾ ਹਾਦਸਾ ਕਿਵੇਂ ਹੋਇਆ ਅਤੇ ਇਹ ਮੁੰਡੇ ਘਰ ਪਰਿਵਾਰ ਦੇ ਵਿੱਚ ਕਿਵੇਂ ਸੀ, ਅਤੇ ਇਹ ਸਭ ਕੁਝ ਵਾਪਰਨ ਤੋਂ ਬਾਅਦ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਰਹਿ ਗਿਆ। ਮੇਰਾ ਭਤੀਜਾ ਨਰਿੰਦਰ ਸਿੰਘ ਜੋ ਇੱਥੋਂ ਜਾ ਰਿਹਾ ਸੀ ਹੇਮਕੁੰਟ ਸਾਹਿਬ ਜਾ ਰਿਹਾ ਸੀ, ਰਸਤੇ 'ਚ ਲਵਲੀ ਦੇ ਕੋਲ ਗੱਡੀ ਪੈਂਚਰ ਹੋਈ ਹੈ, ਪੈਂਚਰ ਲਾ ਕੇ ਅਤੇ ਇਹ ਬਹਿਣ ਲੱਗੇ ਗੱਡੀ 'ਚ, ਅਤੇ ਮਗਰੋਂ ਗੱਡੀ ਆਈ ਹੈ ਅਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲਦੇ, ਅਤੇ ਇਹਨਾਂ ਦੀ ਜਾ ਕੇ ਮੌਕੇ 'ਤੇ ਦੋ ਜਣਿਆਂ ਦੀ ਮੌਕੇ 'ਤੇ ਡੈਡ ਹੋ ਗਈ। ਦੂਸਰਾ ਅੰਮ੍ਰਿਤਸਰ ਦਾ ਹੈ, 6 ਜਣੇ ਇੱਥੋਂ ਅਤੇ 2 ਜਣੇ ਇੱਥੋਂ ਅੰਮ੍ਰਿਤਸਰ, 8 ਜਣੇ ਗਏ ਸੀ ਹੁਣ ਟੋਟਲੀ 8 ਜਣੇ ਇੱਥੋਂ ਗਏ ਸੀ ਹੇਮਕੁੰਟ ਸਾਹਿਬ ਨੂੰ ਗਏ ਸੀ, 6 ਫਤਿਹਗੜ੍ਹ ਚੂੜੀਆਂ ਅਤੇ 2 ਅੰਮ੍ਰਿਤਸਰ ਤੋਂ, ਅਤੇ 2 ਗੱਡੀਆਂ ਦੇ ਵਿੱਚ ਗਏ ਅਤੇ ਜਦ ਇਹ ਜਲੰਧਰ ਲਾਗੇ ਲਵਲੀ ਯੂਨੀਵਰਸਿਟੀ ਲਾਗੇ ਪਹੁੰਚੇ ਅਤੇ ਉੱਥੇ ਇਹਨਾਂ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਅਤੇ ਟਾਇਰ ਪੈਂਚਰ ਲਾ ਕੇ ਗੱਡੀ 'ਚ ਬਹਿਣ ਲੱਗੇ, ਅਤੇ ਜਦ ਇਹ ਗੱਡੀ 'ਚ ਬਹਿਣ ਲੱਗੇ ਮੋਰੋ ਦੋ ਗੱਡੀ ਆਈ ਇਹਨਾਂ ਨੂੰ ਡਾਕ ਲੈ ਗਏ 2 ਜਣਿਆਂ ਨੂੰ, ਅਤੇ ਦੋਵਾਂ ਮੌਕੇ 'ਤੇ ਡੈਥ ਇਹਨਾਂ ਦੋਨਾਂ ਦੀ ਹੋ ਗਈ। ਫਤਿਹਗੜ੍ਹ, ਇੱਕ ਫਤਿਹਗੜ੍ਹ ਚੂੜੀਆਂ ਤੋਂ ਜੀ ਨਰਿੰਦਰ ਸਿੰਘ ਅਤੇ ਇੱਕ ਅੰਮ੍ਰਿਤਸਰ ਤੋਂ ਜੀ, ਜਿਹਨਾਂ ਦੀ ਗੱਡੀ ਇਹ ਹਾਂਜੀ ਇੱਕ ਵਾਰ ਆਈ, ਦੂਸਰੇ ਜਿਹੜੇ ਅੰਮ੍ਰਿਤਸਰ ਵਾਲੇ ਉਹਨਾਂ ਦੇ ਵਿਆਹ ਸੀ।